ਨਾਮ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਮਰ ਹੋ ਗਈ 10 ਸਾਲ 20 ਸਾਲ 40 50 60 ਤੇ 80 ਸਕੂਲ ਦੇ ਵਿੱਚ ਅਸੀਂ ਗਏ ਨਰਸਰੀ ਤੋਂ ਲੈ ਕੇ ਪੀ ਐਚ ਡੀ ਤੱਕ ਨਾਮ ਦੀ ਸਾਨੂੰ ਡੈਫੀਨੇਸ਼ਨ ਪੜਾਈ ਗਈ ਗ੍ਰਾਮਰ ਦੇ ਵਿੱਚ ਨਾਮ ਕੀ ਹੈ ਜੀ ਉਹ ਕਹਿੰਦੇ ਜੀ ਕਿਸੇ ਵੀ ਵਸਤੂ ਦਾ ਬੋਧ ਕਰਨ ਵਾਸਤੇ ਉਹਨੂੰ ਦਰਸਾਉਣ ਵਾਸਤੇ ਉਹਨੂੰ ਪਛਾਣ ਕਰਨ ਵਾਸਤੇ ਉਸ ਵਸਤੂ ਦਾ ਜੋ ਅਸੀਂ ਜ਼ਿਕਰ ਕਰਦੇ ਹਾਂ ਉਸ ਨੂੰ ਨਾਮ ਕਹਿੰਦੇ ਨੇ ਹੁਣ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਬੈ ਗਈ ਕਿ ਹਰ ਵਸਤੂ ਦਾ ਇੱਕ ਨਾਮ ਹੈ ਫੁੱਲ ਕੰਡਾ ਖੁਸ਼ਬੂ ਹਰਜਿੰਦਰ ਸਿੰਘ ਜੁਗਿੰਦਰ ਸਿੰਘ ਗੌਰਪ੍ਰੀਤ ਕੌਰ ਕੈਮਰਾ ਮੋਬਾਈਲ ਬਸ ਇਹ ਨਾਮ ਹੈ ਤੇ ਪਰਮਾਤਮਾ ਦਾ ਨਾਮ ਵੀ ਇਸ ਤਰ੍ਹਾਂ ਹੀ ਹੈ ਹੁਣ ਕਾਰਨ ਕੀ ਸੀ ਜਿਹੜੀ ਦੁਨਿਆਵੀ ਪੜ੍ਹਾਈ ਸੀ ਉਸ ਨਾਮ ਦੇ ਤਹਿਤ ਗੁਰੂ ਦੀ ਬਾਣੀ ਦੇ ਨਾਮ ਦੀ ਅਸੀਂ ਐਕਸਪਲੇਨੇਸ਼ਨ ਸਮਝਣ ਦੀ ਕੋਸ਼ਿਸ਼ ਕੀਤੀ। ਕਾਰਨ ਕੀ ਹੈ ਗੁਰਮਖੋ? ਕਾਰਨ ਇਹ ਹੈ ਕਿ ਉਹ ਐਕਸਪਲੇਨੇਸ਼ਨ ਜਿਹੜੀ ਦੁਨਿਆਵੀ ਪੜ੍ਹਾਈ ਤੇ ਤਾਂ ਚੱਲ ਸਕਦੀ ਹੈ ਪਰ ਰੋਹਾਨੀ ਪੜ੍ਹਾਈ ਤੇ ਉਹ ਫਾਰਮੂਲਾ ਠੀਕ ਨਹੀਂ ਬੈਠਦਾ। ਕਿਉਂ ਠੀਕ ਨਹੀਂ ਬੈਠਦਾ? ਜਿਸ ਤਰੀਕੇ ਨਾਲ ਗੁਰਮੁਖੋ ਕੋਈ ਗੁਰਮੁਖ ਪਿਆਰਾ ਕਹੇ ਕਿ ਮੈਂ ਨਾ ਫਲਾਣੀ ਸਵੀਟ ਸ਼ਾਪ ਤੋਂ ਬਰਫੀ ਦਾ ਡੱਬਾ ਲਿਆਉਂਦਾ ਸੀ ਬਹੁਤ ਸਵਾਦ ਸੀ ਉਹ ਬਹੁਤ ਸਵਾਦ ਸੀ ਅਖਰਾਂ ਦੇ ਵਿੱਚ ਉਸ ਨੇ ਬਿਆਨ ਕਰ ਦਿੱਤਾ ਅਖਰਾਂ ਦੇ ਵਿੱਚ ਅਸੀਂ ਉਸ ਨੂੰ ਸੁਣ ਲਿਆ ਉਹੀ ਅੱਖਰ ਅਸੀਂ ਦੂਸਰੇ ਨੂੰ ਵੀ ਸੁਣਾ ਦਿੱਤੇ ਕਿ ਉਹ ਫਲਾਣੀ ਦੁਕਾਨ ਤੋਂ ਜਿਹੜਾ ਬਰਫੀ ਆ ਨਾ ਬਰਫੀ ਦਾ ਡੱਬਾ ਵਾ ਜਾਂ ਜਿਹੜੀ ਬਰਫੀ ਆ ਉਹ ਬਹੁਤ ਸਵਾਦ ਵਾਲਾ ਪਰ ਗੁਰਮੁਖੋ ਜਿਹੜਾ ਉਹਨੇ ਖਾਦਾ ਸੀ ਜਿਹੜਾ ਉਹਨੂੰ ਸਵਾਦ ਆਇਆ ਸੀ ਉਹ ਨਾ ਤਾਂ ਸੁਣਨ ਵਾਲੇ ਨੂੰ ਆਇਆ ਤੇ ਨਾ ਦੱਸਣ ਵਾਲੇ ਨੂੰ ਆਇਆ ਤੇ ਜਿਹੜਾ ਉਹਨੂੰ ਸਵਾਦ ਆਇਆ ਸੀ ਉਹ ਨਾਮ ਸੀ ਜਿਹੜਾ ਸਵਾਦ ਅੱਖਰਾਂ 'ਚ ਬਿਆਨ ਨਹੀਂ ਸੀ ਹੋ ਸਕਦਾ ਜਿਹੜਾ ਅੱਖਰਾਂ ਦੇ ਵਿੱਚ ਲਿਖਿਆ ਨਹੀਂ ਸੀ ਜਾ ਸਕਦਾ ਜਿਹੜਾ ਅੱਖਰਾਂ ਚ ਪੜਿਆ ਨਹੀਂ ਸੀ ਜਾ ਸਕਦਾ ਇੱਥੇ ਆਣ ਕੇ ਅਸੀਂ ਸਵਾਦ ਸ਼ਬਦ ਨੂੰ ਬਹੁਤ ਵਾਰਾਂ ਬੋਲਿਆ ਭਾਈ ਗੁਰਦਾਸ ਜੀ ਵੀ ਫਰਮਾਨ ਕਰਦੇ ਨੇ ਪੂਰੀ ਪੌੜੀ ਚ ਦੱਸਦੇ ਨੇ ਖੰਡ ਦੀ ਗੱਲ ਕਰਦੇ ਨੇ ਅਗ ਦੀ ਕਰਦੇ ਨੇ ਸਮਾ ਸੀਮਾ ਤੇ ਮੈਂ ਉਸ ਪਾਸੇ ਨਾ ਜਾਵਾਂ ਅਸਲ ਵਿੱਚ ਜਿੰਨੇ ਮਾਣਿਆ ਸੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਬਾਰ-ਬਾਰ ਜਿਦੋਂ ਵੀ ਨਾਮ ਦੀ ਗੱਲ ਕਰਦੇ ਉਹ ਮਾਨਣ ਵਾਲੇ ਦੀ ਗੱਲ ਕਰਦੇ ਆ ਅਖਰੀ ਨਾਮ ਦੀ ਗੱਲ ਨਹੀਂ ਕਰਦੇ ਅਖਰੀ ਨਾਮ ਤੋਂ ਸ਼ੁਰੂਆਤ ਕਰਦੇ ਆ ਅਖਰੀ ਲਿਖਣ ਤੋਂ ਸ਼ੁਰੂਆਤ ਕਰਦੇ ਆ ਲਿਖਣ ਬੋਲਣ ਬਾਣ ਸ਼ੁਰੂਆਤ ਹੁੰਦਰੀ ਹੈ ਪਰ ਨਾਮ ਦੀ ਅਵਸਥਾ ਮਾਨਣ ਵਾਲੀ ਅਵਸਥਾ ਕਿਸ ਤਰੀਕੇ ਨਾਲ ਗੁਰਮਖੋ ਅਸੀਂ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ ਵਾਹਿਗੁਰੂ 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 ਇਹ ਹੋ ਗਿਆ ਸ਼ਬਦ ਅਖਰੀ ਸ਼ਬਦ ਪਰ ਗੁਰੂ ਸਾਹਿਬ ਜੀ ਨੇ ਜਿਹੜੇ ਸ਼ਬਦ ਦੀ ਗੱਲ ਕੀਤੀ ਉਹ ਵੀ ਵਿਲੱਖਣ ਹੈ ਗੁਰੂ ਸਾਹਿਬ ਕਿਰਪਾ ਕਰਨ ਉਸ ਨੂੰ ਅਸੀਂ ਫਿਰ ਕਿਤੇ ਵਿਚਾਰਾਂਗੇ ਅਖਰੀ ਸ਼ਬਦ ਹੋ ਗਿਆ ਵਾਹਿਗੁਰੂ ਅਸੀਂ ਬੋਲਿਆ ਅਸੀਂ ਲਿਖਿਆ ਉਸ ਸ਼ਬਦ ਨੂੰ ਅਸੀਂ ਇਕਾਗਰ ਚਿੱਤ ਹੋ ਕੇ ਤਿੰਨ ਵਾਰਾਂ ਬੋਲਿਆ ਚਾਰ ਵਾਰਾਂ ਬੋਲਿਆ ਉਦੀ ਯਾਦ ਦੇ ਵਿੱਚ ਬੋਲਣਾ ਆਰੰਭ ਕਰਤਾ ਉਹ ਹੋ ਗਿਆ ਸਿਮਰਨ ਉਹਨੂੰ ਸਿਮਰਨਾ ਤੇ ਸ਼ਬਦ ਤੋਂ ਸਿਮਰਨ ਤੇ ਸਿਮਰਨ ਤੋਂ ਤੀਜਾ ਸਟੈਪ ਹੈ ਨਾਮ ਜਦੋਂ ਬੋਲਦਿਆਂ ਬੋਲਦਿਆਂ ਜਦੋਂ ਲਿਖਦਿਆਂ ਲਿਖਦਿਆਂ ਜਦੋਂ ਉਹਨੂੰ ਸਿਮਰਨ ਕਰਦਿਆਂ ਕਰਦਿਆਂ ਜਿੱਦਣ ਉਹ ਮਹਿਸੂਸ ਹੋਣ ਲੱਗ ਗਿਆ ਉਹਦਣ ਅਵਸਥਾ ਬਣ ਗਈ ਨਾਮ ਦੀ ਇਹ ਹੈ ਨਾ ਜਿੱਦਣ ਉਹਨੂੰ ਤੁਸੀਂ ਮਹਿਸੂਸ ਕੀਤਾ ਹੋ ਸਕਦਾ ਹੈ ਮਹਿਸੂਸ ਕਰਨ ਦੇ ਵਾਸਤੇ ਤੁਹਾਨੂੰ ਵਾਹਿਗੁਰੂ ਸ਼ਬਦ ਵੀ ਬੋਲਣ ਦੀ ਲੋੜ ਨਾ ਪਵੇ ਮੈਨੂੰ ਮਾਫ ਕਰਨਾ ਅਵਸਥਾ ਗੁਰੂ ਸਾਹਿਬ ਨੇ ਬਣਾਤੀ ਹੋ ਸਕਦਾ ਹੈ ਜਪਜੀ ਸਾਹਿਬ ਦੇ ਉਚਾਰਣ ਵਿੱਚ ਮਹਿਸੂਸ ਹੋਣ ਲੱਗ ਪਿਆ ਹੋ ਸਕਦਾ ਹੈ ਮੂਲ ਮੰਤਰ ਦੇ ਵਿੱਚ ਮਹਿਸੂਸ ਹੋਣ ਲੱਗ ਪਿਆ ਹੋ ਸਕਦਾ ਹੈ ਲੰਗਰ ਵਰਤੋਂ ਦੇ ਮਹਿਸੂਸ ਹੋਣ ਲੱਗ ਪਿਆ ਹੋ ਸਕਦਾ ਹੈ ਇੱਕ ਮਿੱਠੇ ਜਿਹੇ ਪਵਨ ਦਾ ਚੁਲਕਾਰਾ ਤੁਹਾਨੂੰ ਆਇਆ ਤੇ ਮਹਿਸੂਸ ਹੋਣ ਲੱਗ ਪਿਆ ਭਾਈ ਨੰਦ ਲਾਲ ਜੀ ਨੂੰ ਗੁਰੂ ਸਾਹਿਬ ਜੀ ਦੇ ਕੇਸਾਂ ਤੋਂ ਮਹਿਸੂਸ ਹੋਣ ਲੱਗ ਪਿਆ ਗੁਰੂ ਸਾਹਿਬ ਜੀ ਦੇ ਇੱਕ ਕੇਸ ਤੋਂ ਮਹਿਸੂਸ ਹੋਣ ਲੱਗ ਪਿਆ ਜਿੱਦਣ ਉਹ ਮਹਿਸੂਸ ਦਾ ਚਲਕਾਰਾ ਬਲਿਹਾਰੀ ਕੁਦਰਤ ਵਸਿਆ ਮਹਿਸੂਸ ਹੈ ਜਿੱਦਣ ਉਸ ਨੂੰ ਸਮੁੰਦਰ ਦੇ ਵਿੱਚੋਂ ਮਹਿਸੂਸ ਹੋਣ ਲੱਗ ਪਿਆ ਅੱਗ ਦੇ ਵਿੱਚ ਮਹਿਸੂਸ ਹੋਣ ਲੱਗਿਆ ਗਾਵਨ ਤਦ ਨੂੰ ਪਾਵਣ ਪਾਣੀ ਬੈ ਸੰਤਰ ਜਿੰਨੂੰ ਮਹਿਸੂਸ ਹੋਣ ਲੱਗ ਪਿਆ ਉਸ ਜਗਿਆਸੂ ਦੀ ਅਵਸਥਾ ਜਿਹੜੀ ਨਾਮ ਦੀ ਹੋਗੀ ਤੇ ਜਦੋਂ ਉਸ ਨੂੰ ਆਲਾਦਵਾਲਾ ਮਹਿਸੂਸ ਹੋਣ ਲੱਗ ਪਿਆ ਉਸ ਨੂੰ ਜਰਰੇ ਜਰਰੇ ਦੇ ਵਿੱਚ ਉਹ ਮਹਿਸੂਸ ਹੋਣ ਲੱਗ ਪਿਆ ਜਿਹੜਾ ਰਮਿਆ ਹੋਇਆ ਉਸ ਨੂੰ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਉਸ ਨਾਮ ਦੇ ਚਾਨਣ ਮਹਿਸੂਸ ਹੋਣ ਲੱਗ ਪਿਆ ਉਸ ਅਵਸਥਾ ਦੀ ਗੱਲ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਜਗਿਆਸੂਆਂ ਦੀ ਕਿ ਉਹ ਜਗਿਆਸੂ ਫਿਰ ਨਾਮ ਤੋਂ ਬਿਗੈਰ ਨਹੀਂ ਰਹਿ ਸਕਦੇ ਇਸ ਕਰਕੇ ਉਹਨਾਂ ਦੇ ਜੀਵਨ ਦਾ ਉਹਨਾਂ ਦੇ ਪ੍ਰੇਮ ਦਾ ਉਹਨਾਂ ਦੀ ਸੂਰਤ ਦਾ ਉਹਨਾਂ ਦੇ ਸਾਰੇ ਤਾਣੇ ਬਾਣੇ ਦਾ ਜਿਹੜਾ ਆਧਾਰ ਹੈ ਉਹ ਹੈ ਨਾਮ ਭਗਤ ਕੈ ਪ੍ਰਾਣ ਆਧਾਰ ਨਾਮ ਤੋਂ ਬਿਗੈਰ ਨਹੀਂ ਰਹਿ ਸਕਦੇ ਨਾਮ ਧੂਰਾ ਹੈ ਨਾਮ ਦੇ ਆਲੇ ਦੁਆਲੇ ਚੱਲਦੇ ਨੇ ਸੱਚ ਜਾਣਿਓ ਉਹ ਫਿਰ ਉੱਪਰ ਹੋ ਜਾਂਦੇ ਨੇ ਸਰੀਰੀ ਜ਼ਰੂਰਤਾਂ ਤੋਂ ਵੀ ਉੱਪਰ ਹੋ ਜਾਂਦੇ ਨੇ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪ ਜੀ ਬਹੁਤ ਹੀ ਸਤਕਾਰਯੋਗ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਕਿੜੇ ਵਾਲੇ ਉਹਨਾਂ ਦਾ ਜੀਵਨ ਹੈ ਸੇਕ ਨੇਹਾ ਆਪ ਜੀ ਨੇ ਜ਼ਰੂਰ ਪੜਿਆ ਹੋਊਗਾ ਉਹਦੇ ਵਿੱਚ ਇੱਕ ਗੱਲ ਆਉਂਦੀ ਆ ਬਾਬਾ ਜੀ ਨੇ ਅੰਕਤ ਕੀਤੀ ਉਹਦੇ ਚ ਰੋਜ ਦੇ ਨਿਤਨੇਮ ਦੇ ਵਿੱਚ ਜਦੋਂ ਨਿਤਨੇਮ ਕਰਦੇ ਨੇ ਦੂਸਰੇ ਜਾਂ ਤੀਸਰੇ ਪੈਰ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨ ਪਰਸਦੇ ਨੇ ਨਿਤਨੇਮ ਕਰਨ ਤੋਂ ਬਾਅਦ ਨੀਤਾ ਪ੍ਰਤੀ ਉਹਨਾਂ ਦਾ ਨਿਤਨੇਮ ਸੀ ਸੁਖਮਣੀ ਸਾਹਿਬ ਜੀ ਦੇ ਜਾਪ ਕਰਨ ਦਾ ਤੇ ਉਹਨਾਂ ਨੇ ਉਸ ਕਿਤਾਬ ਵਿੱਚ ਦਰਸਾਇਆ ਉਹਨਾਂ ਨੇ ਅੰਕਿਤ ਕਰਵਾਇਆ ਲਿਖ ਦੱਸਿਆ ਸੀ ਤੇ ਲਕਾਰੀ ਨੇ ਲਿਖਿਆ ਕਿ ਇੱਕ ਦਿਨ ਅਸੀਂ ਸੁਖਮਣੀ ਸਾਹਿਬ ਜੀ ਦੇ ਜਾਪ ਕਰ ਰਹੇ ਸੀ ਤੇ ਪਾਵਨ ਪੰਕਤੀਆਂ ਆ ਗਈਆਂ ਤੇ ਉਹ ਜ਼ੈਨ ਦੇ ਵਿੱਚ ਰੁਕ ਗਈ ਉਹਨਾਂ ਪਾਵਨ ਪੰਕਤੀਆਂ ਦਾ ਬਾਰ-ਬਾਰ ਸਿਮਰਨ ਹੋਣਾ ਸ਼ੁਰੂ ਹੋ ਗਿਆ। ਉਹ ਪਾਵਨ ਪੰਕਤੀਆਂ ਸਨ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਮਰਿਆਂ ਦੇ ਵਿੱਚ ਵੀ ਜਾਨ ਪਾ ਦਿੰਦਾ। ਸੋਸ਼ਲ ਮੀਡੀਆ ਦਾ ਜੋਗ ਬਹੁਤਾ ਇਹਨੂੰ ਥਖਲਸ ਨਾਲ ਦੱਸਣ ਦੀ ਲੋੜ ਨਹੀਂ। ਤੇ ਜਿਹੜਾ ਨਾਮ ਵਾ ਇਹ ਸਰੀਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦਾ ਭੁੱਖ ਵੀ ਪੂਰੀ ਕਰ ਦਿੰਦਾ ਗੁਰਮੁਖ ਜਨਾਂ ਦਾ ਆਸਦੇ ਨੇ ਕਹਿੰਦੇ ਉਸ ਦਿਨ ਉਹ ਪਾਵਨ ਪੰਕਤੀਆਂ ਕੰਟੀਨਿਊ ਸਾਡੇ ਜ਼ੈਨ ਚ ਚੱਲੀਏ ਕਿ ਇਦਾਂ ਹੋ ਸਕਦਾ ਇਸ ਚੀਜ਼ ਨੂੰ ਮੁੱਖ ਰੱਖ ਕੇ ਉਹਨਾਂ ਨੇ ਸੋਚਿਆ ਕਿ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਤੇ ਇਸ ਪੰਕਤੀ ਦੀ ਅਵਸਥਾ ਨੂੰ ਮਾਨਣ ਦੀ ਅਰਦਾਸ ਕਰੀਏ ਪਾਵਨ ਪੰਕਤੀਆਂ ਚ ਹਰ ਪੰਕਤੀ ਚ ਅਵਸਥਾ ਗੁਰਸਾਇਆ ਨੇ ਬਖਸ਼ਿਸ਼ ਕੀਤੀ ਬੋਲਣਾ ਸੁਣਨਾ ਵਿਚਾਰਨਾ ਬਹੁਤ ਚੰਗੀ ਗੱਲ ਆ ਗਿਆਨ ਵਾ ਪਰ ਜਿੰਨੇ ਉਹਨੂੰ ਮੰਨਿਆ ਨਾ ਗੁਰਮੁਖੋ ਅਸਲ ਵਿੱਚ ਸੰਪੂਰਨ ਗਿਆਨ ਉਹਨੇ ਪ੍ਰਾਪਤ ਕੀਤਾ ਤੇ ਗੁਰਮੁਖ ਜਨ ਲਾਗੇ ਇੱਕ ਡੇਰਾ ਸੀ ਭਾਈ 바ਵਾ ਸਿੰਘ ਜੀ ਹੋਣਾ ਦਾ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਬੇਟਾ ਸੀ surjit singh ਉਹ ਬਾਬਾ ਜੀ ਹੋਣਾ ਦੇ ਨਾਲ ਸੰਗਤ ਕਰਦਾ ਹੁੰਦਾ ਸੀ ਕਹਿੰਦੇ surjit singh ਜੀ ਆਉਣਗੇ ਤੇ ਸ਼ਾਮਾਂ ਨੂੰ ਉਹਨਾਂ ਨੂੰ ਗੁਰਦੁਆਰਾ ਸਾਹਿਬ ਭੇਜਿਓ ਸੁਰਜੀਤ ਸਿੰਘ ਜੀ ਆਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਕਹਿੰਦੇ ਅਸੀਂ ਹੁਣ ਕੋਸ਼ਿਸ਼ ਦੇਣਾ ਅਭਿਆਸ ਕਰਨਾ ਗੁਰੂ ਸਾਹਿਬ ਜੀ ਦਾ ਨਾਮ ਜਪ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਕੇਵਲ ਤੁਸੀਂ ਸ਼ਾਮੀ ਆਣ ਕੇ ਇਸ ਬਾਰੀ ਥਾਣੀ ਝਾਤੀ ਮਾਰ ਕੇ ਜਾਣਾ ਸਾਡੇ ਸਰੀਰ ਵਾਲੇ ਤੂੰ ਡਰ ਜਾਂਦਾ ਕਹਿੰਦੇ ਬਾਬਾ ਜੀ ਕੀ ਗੱਲ ਉਹ ਕਹਿੰਦੇ ਬਸ ਇਸ ਤਰ੍ਹਾਂ ਹੀ ਆ ਅਸੀਂ ਗੁਰੂ ਸਾਹਿਬ ਜੀ ਦੇ ਚਰਨ ਪਰਸਣੇ ਆ 5 6 ਦਿਨ ਤੁਸੀਂ ਆਉਣਾ ਵਾ ਮਤਾ ਕੋਈ ਪਾਣਾ ਵਾ ਪਰ ਜੇ ਜੇ ਸਰੀਰ ਚੋਂ ਸਵਾਸ ਪੂਰੇ ਹੋ ਜਾਂਦੇ ਸਰੀਰ ਖਰਾਬ ਨਾ ਹੋਵੇ ਇਸ ਕਰਕੇ ਉਹ ਡਰਦਾ ਉਹ ਕਹਿੰਦਾ ਨਹੀਂ ਇਸ ਤਰ੍ਹਾਂ ਹੋਏਗਾ ਕੋਈ ਨਹੀਂ ਪਰ ਫਿਰ ਵੀ ਸਾਨੂੰ ਇਹ ਕਿ ਸਰੀਰ ਨਾ ਖਰਾਬ ਹੋ ਵਿੱਚ ਉਹ ਕਹਿੰਦਾ ਜੀ 7 ਵਜੇ ਨੂੰ ਕਹਿੰਦੇ 5 6 ਦਿਨ ਤੁਸੀਂ ਵੇਖਣਾ ਜੇ ਸਰੀਰ ਤੁਹਾਡਾ ਠੀਕ ਰਿਹਾ ਤੇ ਉਸ ਤੋਂ ਬਾਅਦ ਖੇਚਲ ਕਢਣ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸਾ ਸੋਧ ਕੇ ਗੁਰਮੁਖ ਜਨ ਨਾਮ ਦੇ ਆਸਰੇ ਜਪ ਤਪ ਕਰਦੇ ਨੇ ਉਹਨਾਂ ਦਾ ਰੋਜ਼ ਦਾ ਜੋ ਵੀ ਨਿਤਨੇਮ ਹੈ ਉਹ ਉਸ ਕਿਤਾਬ ਚ ਦੱਸਿਆ ਹੈ ਕਿ ਪਹਿਰ ਰਾਤ ਰਹਿੰਦੇ ਆ ਗੁਰੂ ਸਾਹਿਬ ਜੀ ਦੇ ਚਰਨ ਪਰਸਦੇ ਨੇ ਨਿਤਨੇਮ ਕਰਦੇ ਨੇ ਸਿਮਰਨ ਕਰਦੇ ਨੇ ਬਾਹਰ ਥੋੜਾ ਜਿਹਾ ਆਣ ਕੇ ਵਾਕ ਕਰਦੇ ਨੇ ਤੇ ਕਾਫੀ ਦਿਨ ਗੁਰੂ ਸਾਹਿਬ ਜੀ ਦੇ ਚਰਨ ਪਰਸਦਿਆਂ ਗਿਣਤੀ ਵੀ ਅੰਕਿਤ ਕੀਤੀ ਉਹਨਾਂ ਨੇ ਕਿਤਾਬ ਦੇ ਵਿੱਚ ਕਿ ਐਨੇ ਦਿਨ ਉਹ ਗੁਰਮੁਖ ਜਨ ਨਾਮ ਦੇ ਆਸਰੇ ਜਿਹੜੇ ਨੇ ਪ੍ਰਸ਼ਾਦੇ ਪਾਣੀ ਤੋਂ ਰਹਿਤ ਰਹਿੰਦੇ ਨੇ ਇਹ ਗੁਰਮਤ ਇਸ ਗੱਲ ਦੀ ਹਾਮੀ ਨਹੀਂ ਭਰਦਾ ਪਰ ਉਹਨਾਂ ਨੂੰ ਉਹ ਪਾਵਨ ਪੰਕਤੀਆਂ ਤੇ ਪ੍ਰੇਮ ਆਇਆ ਤੇ ਉਸ ਅਵਸਥਾ ਨੂੰ ਮੰਨਣ ਵਾਸਤੇ ਕਿ ਕਿਸੇ ਨੂੰ ਕਲ ਨੂੰ ਦ੍ਰਿਸ਼ਟਾਨਾ ਦੱਸ ਸਕਦੇ ਆ ਕਿ ਬਾਣੀ ਦੀ ਜਿਹੜੀ ਪਾਰਸ ਕਲਾ ਉਹ ਇਸ ਤਰੀਕੇ ਨਾਲ ਵਰਤਦੀ ਖੈਰ ਫਿਰ ਉਹ ਅੰਕਤ ਕਰਦੇ ਨੇ ਤਾਂ ਉਹਨਾਂ ਨੂੰ ਬਾਅਦ ਚੋ ਸੁਰਜੀਤ ਸਿੰਘ ਨੇ ਪੁੱਛਿਆ ਕਿ ਬਾਬਾ ਜੀ ਐਨੇ ਦਿਨ ਤੁਸੀਂ ਜਲ ਪਾਣੀ ਤੋਂ ਬਗੈਰ ਕਿਸ ਤਰ੍ਹਾਂ ਰਹੇ ਮਨ ਚ ਮਨਸ਼ਾ ਨਹੀਂ ਆਈ ਕਹਿੰਦੇ ਮਨਸ਼ਾ ਛੱਡੋ ਮਨ ਦੇ ਵਿੱਚ ਜਲ ਪਾਣੀ ਵਾਸਤੇ ਫੁਰਨਾਮ ਨਹੀਂ ਆਇਆ ਪਰ ਉਸ ਅਵਸਥਾ ਵਾਸਤੇ ਪਹੁੰਚਣ ਵਾਸਤੇ ਕੀ ਕਰਨਾ ਪਏਗਾ ਇਹਦੇ ਚ ਸਾਰਾ ਜ਼ਿਕਰ ਇਸ ਸ਼ਬਦ ਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਇਸ ਕਰਕੇ ਪਹਿਲਾਂ ਦੱਸਿਆ ਕਿ ਉਹਨਾਂ ਗੁਰਮੁਖ ਜਨਾਂ ਦਾ ਜਿਹੜਾ ਜੀਵਨ ਹੁੰਦਾ ਵਾ ਨਾਮ ਭਗਤ ਕੈ ਪ੍ਰਾਣ ਆਧਾਰ ਇਸ ਅਵਸਥਾ ਦੇ ਵਿੱਚ ਉਹ ਵਿਚਰਦੇ ਨੇ ਨਾਮੋ ਧਨ ਨਾਮੋ ਵਿਵਹਾਰ ਤੇ ਉਹ ਨਾਮ ਦਾ ਹੀ ਧਨ ਇਕੱਠਾ ਕਰਦੇ ਕਿਸ ਤਰੀਕੇ ਨਾਲ ਜਿੱਦਾਂ ਦੁਨਿਆਵੀ ਲੋਕ ਹਰ ਵਪਾਰ ਦੇ ਵਿੱਚ ਅਸੀਂ ਧਨ ਨੂੰ ਇਕੱਠਾ ਕਰਦੇ ਹਾਂ ਬੈਂਕ ਦੇ ਵਿੱਚ ਜਮ੍ਹਾਂ ਕਰਦੇ ਹਾਂ ਪ੍ਰਾਪਰਟੀ ਬਣਾਉਂਦੇ ਹਾਂ ਅਸੀਂ ਇਸ ਭਜ ਨਾਸ ਵਿੱਚ ਲੱਗੇ ਰਹਿੰਨੇ ਆ ਵੇਖੋ ਆਪਜੀ ਖਿਆਲ ਕਰਿਓ ਜੇ ਕਿਤੇ ਅਸੀਂ ਕੋਈ ਮੀਟਿੰਗ ਹੋਵੇ ਸਾਡੀ ਚੰਡੀਗੜ੍ਹ ਜਾਂ ਪੰਜਾਬ ਅਸੀਂ 2 ਵਜੇ ਦੀ ਵੀ ਫਲਾਈਟ ਲੈਣੇ ਆ ਅਸੀਂ 1 ਵਜੇ ਦੀ ਵੀ ਲੈਣੇ ਆ ਅਸੀਂ 3 ਵਜੇ ਵੀ ਘਰ ਆਉਂਦੇ ਆ ਪਰ ਜਿਸ ਦਿਨ ਐਤਵਾਰ ਹੋਏ ਤੇ ਘਰੋਂ ਕੋਈ ਕਹਿੰਦਾ ਪੁੱਤ ਉੱਠ ਜਪਜੀ ਸਾਹਿਬ ਦਾ ਹੀ ਪਾਠ ਕਰ ਲਾ ਉਹ ਕਹਿੰਦਾ ਨਹੀਂ ਮम्मा ਅੱਜ ਤੇ ਸੰਡੇ ਅੱਜ ਤਾਂ ਸੋ ਲੈਨ ਦੋ ਕਾਰਨ ਕੀ ਹੈ ਜਿਨ੍ਹਾਂ ਨੇ ਉਸ ਧਨ ਨੂੰ ਇਕੱਠਾ ਕਰਨਾ ਉਹ ਉਸੇ ਤਸ਼ੱਦਦ ਦੇ ਨਾਲ ਉਸੇ ਮੁਕਸ਼ਦ ਦੇ ਨਾਲ ਉੱਠ ਕੇ 1 ਵਜੇ ਵੀ ਜਪਦੇ ਨੇ 1:30 ਵਜੇ ਵੀ ਜਪਦੇ ਨੇ ਇਸ ਅਧਾਰ ਤੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਉਹ ਉਸ ਧਨ ਨੂੰ ਇਕੱਠਾ ਕਰਦੇ ਨੇ ਤੇ ਦੁਨਿਆਵੀ ਮੁਖ ਮਨੁੱਖ ਨਾਮ ਧਨ ਨੂੰ ਇਕੱਠਾ ਕਰਦੇ ਨੇ ਵਿਹਾਰ ਜਿਹੜਾ ਵਪਾਰ ਹੈ ਉਹਨਾਂ ਦਾ ਉਹਨਾਂ ਭਗਤਾਂ ਦਾ ਜਿਨ੍ਹਾਂ ਦਾ ਨਾਮ ਦਾ ਆਧਾਰ ਹੈ ਉਨ੍ਹਾਂ ਦਾ ਵਪਾਰ ਵੀ ਨਾਮ ਤਾਂ ਨਹੀਂ ਹੈ ਆਪ ਜੀ ਖਿਆਲ ਕਰਿਓ ਦੁਨੀਆ ਦੇ ਵਿੱਚ ਬੜੇ ਵਪਾਰ ਨੇ ਅਸੀਂ ਵਪਾਰੀ ਵਪਾਰ ਕਰਦੇ ਆ ਤੇ ਉਸ ਵਪਾਰ ਵਾਸਤੇ ਅਸੀਂ ਦੇਖਦੇ ਕਿਹੜੀ ਚੀਜ਼ ਕਿੱਥੋਂ ਮਿਲਦੀ ਆ ਕਿੱਥੋਂ ਸਸਤੀ ਮਿਲੂਗੀ ਤੇ ਕਿੱਥੇ ਅਸੀਂ ਮਹਿੰਗੀ ਵੇਚ ਸਕਦੇ ਆ ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਉੱਥੇ ਪਹੁੰਚਦੇ ਆ ਤੇ ਜੇ ਕਿਤੇ ਨਾ ਨਾ ਕਿਸੇ ਰਹੀਸ ਦਾ ਬੱਚਾ ਉਸ ਵਪਾਰ ਦੇ ਵਿੱਚ ਪਵੇ ਉਸ ਉਸ ਸਥਾਨ ਤੇ ਜਾਵੇ ਚੀਜ਼ ਖਰੀਦਣ ਵਾਸਤੇ ਤੇ ਉਹ ਚੀਜ਼ ਖਰੀਦ ਕੇ ਨਾ ਲਿਆਵੇ ਤੇ ਉਹਦੇ ਪਿਤਾ ਜੀ ਕਹਿਣਗੇ ਕਹਿਣਗੇ ਮੂਰਖਾ ਭੇਜਿਆ ਤੇ ਤੈਨੂੰ ਸੀ ਉਹ ਵਪਾਰ ਕਰਨ ਵਾਸਤੇ ਉਹ ਤੂੰ ਕਰਕੇ ਨਹੀਂ ਆਇਆ ਤੂੰ ਹੋਰ ਚੀਜ਼ਾਂ ਵੇਖ ਕੇ ਘੁੰਮ ਫਿਰ ਕੇ ਆਇਆ ਕਹਿੰਦੇ ਹੁਣ ਕਹਿੰਦੇ ਹੁਣ ਫਿਰ ਜਾ ਜਿੰਨਾ ਚਿਰ ਉਹ ਚੀਜ਼ ਨਹੀਂ ਲਿਆਏਗਾ ਵਪਾਰ ਕਿਤਾ ਚਲੇਗਾ ਵਪਾਰ ਦੀ ਤਾਂ ਗੱਲ ਛੱਡੋ ਸਾਡੇ ਘਰ ਦੀ ਗੱਲ ਕਰੇ ਵਾਈਫ ਕਹਿੰਦੀ ਹਸਬੰਦ ਨੂੰ ਜੀ ਅੱਜ ਪਰੌਣੇ ਆਉਣੇ ਫਲਾਣੀ ਚੀਜ਼ ਲੈ ਆਓ ਬਾਜ਼ਾਰ ਤੋਂ ਉਹ ਬਾਕੀ ਸਾਰੀਆਂ ਚੀਜ਼ਾਂ ਲੈਵੇ ਤੇ ਉਹ ਨਾ ਲਿਆਵੇ ਤਾਂ ਕਹਿੰਦੇ ਉਹ ਫਲਾਣੀ ਚੀਜ਼ ਤਾਂ ਤੁਸੀਂ ਲਿਆਂਦੀ ਨਹੀਂ ਉਹ ਕਹਿੰਦੇ ਹੁਣ ਫਿਰ ਕਹਿੰਦੀ ਫਿਰ ਜਾਓ ਲਿਉਣੀ ਤਾਂ ਪੈਣੀ ਆ ਨਾ ਵਪਾਰ ਤਾਂ ਕਰਨਾ ਹੀ ਪੈਣਾ ਜਿਹੜੀ ਚੀਜ਼ ਤੁਹਾਨੂੰ ਲੈਣ ਵਾਸਤੇ ਭੇਜਿਆ ਸੀ ਜੇ ਨਹੀਂ ਲਿਆਓਗੇ ਤੇ ਦੁਬਾਰਾ ਫੇਰਾ ਮਾਰਨਾ ਪੈਣਾ ਇਸੇ ਕਰਕੇ ਗੁਰੂ ਸੇ ਸਮਤ ਬਖਸ਼ ਦੇਣੇ ਜਾ ਕੋ ਆਹੇ ਸੋਈ ਬਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜਕਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏਗੋ ਫੇਰਾ ਜਿਹੜੇ ਧਨ ਤੇ ਜਿਹੜੇ ਵਪਾਰ ਵਾਸਤੇ ਤੈਨੂੰ ਭੇਜਿਆ ਪੁੱਤਰਾ ਇਹਨੂੰ ਵਿਆਹ ਝਕੇ ਆਈ ਜੇ ਇਹਨੂੰ ਵਿਆਹ ਝਕੇ ਆਜੇਗਾ ਤੇ ਫੇਰ ਬਹਰ ਨਾ ਹੋਏਗੋ ਫੇਰਾ ਫੇ ਤੈਨੂੰ ਫੇਰਾ 84 ਦਾ ਮਾਰਨਾ ਨਹੀਂ ਪਏਗਾ ਇਸ ਤਰੀਕੇ ਦੇ ਨਾਲ ਇਹ ਗੁਰਮੁਖ ਜਨ ਨਾਮ ਦਾ ਧਨ ਇਕੱਠਾ ਕਰਦੇ ਨੇ ਹੁਣ ਨਾਮ ਦਾ ਧਨ ਕਿੱਦਾਂ ਇਕੱਠਾ ਕਰਦੇ ਨੇ ਜਿੱਥੇ ਵੀ ਮੌਕਾ ਮਿਲਦਾ ਸੰਗਤ ਕਰਦੇ ਨੇ ਜਿੱਥੇ ਵੀ ਮੌਕਾ ਮਿਲਦਾ ਸਿਮਰਨ ਕਰਦੇ ਨੇ ਜਿੱਥੇ ਵੀ ਮੌਕਾ ਮਿਲਦਾ ਸੇਵਾ ਕਰਦੇ ਨੇ ਜਿੱਥੇ ਵੀ ਮੌਕਾ ਮਿਲਦਾ ਕੀਰਤ ਵਿਰਤ ਕਰਦੇ ਆ ਉਸ ਪਰਮਾਤਮਾ ਦਾ ਨਾਮ ਆਪਣੇ ਚਿੱਤ ਚ ਸੁਣਦੇ ਨੇ ਨਾਮਾ ਕਹੈ ਤਰਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰਿੰਜਨ ਨਾਲ ਇਸ ਤਰੀਕੇ ਨਾਲ ਉਹ ਧਨ ਇਕੱਠਾ ਕਰਦੇ ਨੇ ਉਹਨਾਂ ਗੁਰਮੁਖਾਂ ਦੀ ਗੱਲ ਕਰਦੇ ਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਇਸ ਧਨ ਇਕੱਠਾ ਕਰਨ ਦੇ ਨਾਲ ਕੀ ਹੁੰਦਾ ਨਾਮ ਵਡਾਈ ਜਨ ਸੋਭਾ ਪਾਏ ਗੁਰੂ ਸਾਹਿਬ ਕਹਿੰਦੇ ਫਿਰ ਜਿਹੜੇ ਇਹ ਧਨ ਨੂੰ ਇਕੱਠਾ ਕਰਦੇ ਨੇ ਨਾ ਪਰ ਲੋਕ ਚ ਤੇ ਉਹਨਾਂ ਦੀ ਸੋਭਾ ਹੁੰਦੀ ਹੁੰਦੀ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ ਗੁਰੂ ਸਾਹਿਬ ਜੀ ਕਹਿੰਦੇ ਇਸ ਪਰਲੋਕ ਤੋਂ ਲੋਕ ਚ ਵੀ ਸੋਭਾ ਹੁੰਦੀ ਉਹਨਾਂ ਦੀ ਵਡਿਆਈ ਹੁੰਦੀ ਲੋਕ ਸੁਖੀ ਹੈ ਪਰਲੋਕ ਸਹੇਲ ਉਹਨਾਂ ਦੀ ਸੋਭਾ ਇੱਥੇ ਵੀ ਹੁੰਦੀ ਸਾਰੇ ਜਾਣੇ ਉਹਨਾਂ ਦੀ ਸੋਭਾ ਕਰਦੇ ਨੇ ਤੇ ਗੁਰੂ ਸਾਹਿਬ ਜੀ ਆਪਣੇ ਗੁਰਸਿੱਖਾਂ ਦੀ ਸੋਭਾ ਵਧਾਉਂਦੇ ਨੇ ਪੰਚਮ ਪਾਸ਼ਾ ਤਨਤਨ ਸੈ ਸ਼ੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਰੋਵਰ ਨੂੰ ਪੱਕਿਆ ਕਰਾਉਣ ਦੀ ਸੇਵਾ ਕਰ ਰਹੇ ਨੇ ਨਾਲ ਬਾਬਾ ਸਤਕਾਰਤ ਬੁੱਢਾ ਜੀ ਉਹ ਸਰੋਵਰ ਦੇ ਵਿੱਚ ਟੋਕਰੇ ਭਰ-ਭਰ ਕੇ ਮਿੱਟੀ ਦੇ ਗੁਰਸਿੱਖਾਂ ਨੂੰ ਚੁਕਾ ਰਹੇ ਨੇ ਇਹ ਕਰਦੇ ਆ ਕਰਦੇ ਆ ਲਾਹੌਰ ਦਾ ਸੂਬੇਦਾਰ ਵਜ਼ੀਰ ਖਾਨ ਜਿਹੜਾ ਉਹਦਾ ਪਹਿਲਾ ਨਾਮ ਸੀ ਅਮੀਨਉਦੀਨ ਉਹ ਪਹੁੰਚਦਾ ਉੱਥੇ ਤੇ ਹੱਥ ਜੋੜਦਾ ਤੇ ਨਾਲ ਉਹਦੇ ਭਾਈ ਭਾਗੋ ਜੀ ਹੈ ਭਾਈ ਭਾਗੋ ਜੀ ਦਾ ਐਲਕਾਰ ਸੀ ਲਾਹੌਰ ਦਾ ਸੂਬੇਦਾਰ ਭਾਵ ਲਾਹੌਰ ਦਾ ਮੁੱਖ ਮੰਤਰੀ ਉਸ ਵੇਲੇ ਦਾ ਤੇ ਇੱਕ ਇਹ ਬਹੁਤ ਵੱਡਾ ਹਕੀਮ ਸੀ ਇਸ ਦੇ ਜਦੋਂ ਆਪ ਜੀ ਲਿਖਤ ਪੜੋਗੇ ਜਾਂ ਇਹਦਾ ਜੀਵਨ ਪੜੋਗੇ ਬਹੁਤ ਵੱਡਾ ਹਕੀਮ ਸੀ ਤੇ ਇਹ ਜਹਾਂਗੀਰ ਤੇ ਨੂਰਜਹਾਂ ਦਾ ਹਕੀਮ ਸੀ ਇਹ ਤੈਨੂੰ ਸੂਬਾ ਬਣਾਇਆ ਸੀ ਜਹਾਂਗੀਰ ਨੇ ਇਸ ਨੂੰ ਇੱਕ ਜਲੋਦਰ ਦੀ ਬਿਮਾਰੀ ਹੋਗੀ ਜਲੋਦਰ ਦੀ ਬਿਮਾਰੀ ਪੇਟ ਵਿੱਚ ਪਾਣੀ ਭਰ ਜਾਂਦਾ ਸੀ ਆਪ ਇੰਨਾ ਵੱਡਾ ਹਕੀਮ ਸੀ ਪਰ ਆਪਣੀ ਦਵਾਈ ਨਾਲ ਇਹਨੂੰ ਫਰਕ ਨਹੀਂ ਪਿਆ। ਐਨੀ ਦਰਦ ਹੋਣ ਲੱਗ ਪਈ ਕਿ ਇਹਨੂੰ ਰਾਤ ਨੂੰ ਨੀਂਦ ਨਹੀਂ ਸੀ ਹੁੰਦੀ, ਇਕ ਲਾਉਂਦਾ ਸੀ। ਇਹਦੇ ਅੰਡਰ ਦੇ ਵਿੱਚ ਭਾਈ ਭਾਗੋ ਜੀ ਗੁਰਸਿੱਖ ਪੰਚਮ ਪਾਸ਼ਾ ਜੀ ਦੇ ਉਹ ਇਹਦੇ ਅਹਿਲ ਕਰਸਨ। ਕਈ ਵਿਦਵਾਨਾਂ ਨੇ ਲਿਖਿਆ ਕਿ ਇਹਦੇ ਹਜ਼ੂਰੀ ਦੇ ਵਿੱਚ ਕੰਮ ਕਰਦੇ ਸਨ ਸਿਪਾਈ ਛਨ, ਅਹੁਦੇ ਵੱਖਰੇ ਵੱਖਰੇ ਲਿਖੇ ਨੇ। ਤੇ ਇਹ ਗੁਰੂ ਦੇ ਪੂਰਨ ਸਿੱਖ ਸੰਤ ਇਹਨਾਂ ਦੀ ਡਿਊਟੀ ਜਦੋਂ ਰਾਤ ਨੂੰ ਹੁੰਦੀ ਸੀ ਇਹਨਾਂ ਤੇ ਇਹ ਆਪਣੀ ਡਿਊਟੀ ਤੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕਰ ਦਿੰਦੇ ਸਨ ਇੱਕ ਦਿਨ ਰਾਤ ਨੂੰ ਜਦੋਂ ਨੀਂਦ ਨਾ ਆਵੇ ਤੇ ਇਹ ਵਜ਼ੀਰ ਖਾਨ ਆਪਣੀ ਬਾਰੀ ਦੇ ਲਾਗੇ ਖਲੋਤਾ ਇਹ ਗੁਰਸਿੱਖ ਆਪਣੀ ਡਿਊਟੀ ਤੇ ਸੁਖਮਣੀ ਸਾਹਿਬ ਜੀ ਦਾ ਜਾਪ ਕਰ ਰਿਆ ਤੇ ਸੁਖਮਣੀ ਸਾਹਿਬ ਜੀ ਦੇ ਜਾਪ ਨੂੰ ਸੁਣ ਕੇ ਇਸ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਵਜ਼ੀਰ ਖਾਨ ਨੂੰ ਕਿ ਜਿਸ ਤਰ੍ਹਾਂ ਮੈਨੂੰ ਕੁਛ ਆਰਾਮ ਮਿਲਦਾ ਉਹਨੇ ਦੋ ਤਿੰਨ ਦਿਨ ਉਸ ਬਾਰੀ ਦੇ ਲਾਗੇ ਖਲੋ ਕੇ ਹੀ ਜਾਪ ਸੁਣਨਾ ਆਰੰਭ ਕੀਤਾ ਤੇ ਇੱਕ ਦਿਨ ਉਸ ਨੂੰ ਗੁਰੂ ਕੇ ਸੇਖ ਨੂੰ ਬੁਲਾ ਕੇ ਕਹਿੰਦਾ ਕਹਿੰਦਾ ਤੂੰ ਮੇਰੇ ਕਮਰੇ ਵਿੱਚ ਆ ਬੈਠ ਕੇ ਤੂੰ ਜਾਪ ਕਰਿਆ ਕਰ ਮੈਨੂੰ ਆਰਾਮ ਮਿਲਦਾ ਪਹਿਲਾਂ ਉਹਨੂੰ ਇਹ ਸੀ ਕਿ ਮੇਰੇ ਮਨ ਦਾ ਭਰਮ ਨਾ ਹੋਵੇ 5 7 ਦਿਨ 10 ਦਿਨ 15 ਦਿਨ ਨੰਗੇ ਉਹਨੂੰ ਵਾਕਈ ਜਿੰਨਾ ਚਿਰ ਭਾਈ ਸਾਹਿਬ ਜੀ ਨੇ ਸੁਖਮਣੀ ਸਾਹਿਬ ਜੀ ਦੇ ਜਾਪ ਕਰਨੇ ਤੇ ਉਹਨੂੰ ਆਰਾਮ ਮਹਿਸੂਸ ਹੋਣਾ ਤੇ ਇੱਕ ਦਿਨ ਭਾਈ ਸਾਹਿਬ ਜੀ ਦੇ ਪੈਰਾਂ ਤੇ ਪਾ ਕੇ ਕਹਿੰਦੇ ਕਹਿੰਦੇ ਤੁਸੀਂ ਮੇਰੇ ਗੁਰੂ ਬਣ ਜਾਓ ਕਿਉਂਕਿ ਤੁਹਾਡੀ ਇਸ ਬਾਣੀ ਦੇ ਨਾਲ ਮੈਨੂੰ ਆਰਾਮ ਮਿਲਦੇ ਉਹ ਕਹਿੰਦੇ ਜੀ ਗੁਰੂ ਤਾਂ ਇੱਕ ਹੀ ਹੈ ਕਹਿੰਦੇ ਜੀ ਕੌਣ ਕਹਿੰਦੇ ਜੀ ਤਨਤਨ ਸਹਿਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਨੇ ਜੇ ਕਿਸੇ ਨੂੰ ਗੁਰੂ ਧਾਰਨ ਕਰਨਾ ਤੇ ਉਹਨਾਂ ਨੂੰ ਆਪ ਜੀ ਉਹਨਾਂ ਦੇ ਦਰਸ਼ਨ ਕਰ ਸਕਦੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਦੋਵੇਂ ਜਾਣੇ ਵਜ਼ੀਰ ਖਾਨ ਭਾਈ ਸਾਹਿਬ ਜੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਉnde ਤੇ ਕਾਰ ਸੇਵਾ ਚੱਲ ਰਹੀ ਹੁੰਦੀ ਆਣ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਨਮਸਕਾਰ ਕਰਦਾ ਨਮਸਕਾਰ ਕਰਨ ਤੋਂ ਬਾਅਦ ਆਪਣੇ ਰੋਗ ਬਾਰੇ ਦੱਸਦਾ ਕਹਿੰਦੇ ਗੁਰੂ ਸਾਹਿਬ ਜੀ ਕਿਰਪਾ ਕਰੋ ਮੈਨੂੰ ਜਲੋਦਰ ਦਾ ਰੋਗ ਹੈ ਤੇ ਇਸ ਰੋਗ ਦੇ ਨਾਲ ਮੈਨੂੰ ਇੰਨਾ ਇੰਨੀ ਪੀੜਾ ਤੇ ਦਰਦ ਹੁੰਦੀ ਕਿ ਮੈਂ ਰਾਤੀ ਸੋ ਨਹੀਂ ਸਕਦਾ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਨੇ ਕਹਿੰਦੇ ਇਹਦੀ ਦਵਾਈ ਤਾਂ ਬਾਬਾ ਬੁੱਢਾ ਜੀ ਦਿੰਦੇ ਨੇ ਆਪ ਜੀ ਇਸ ਤਰ੍ਹਾਂ ਕਰੋ ਬਾਬਾ ਬੁੱਢਾ ਜੀ ਕੋ ਦਵਾਈ ਲੈ ਲਓ ਹੁਣ ਇਹ ਨਾਮ ਦੀ ਵਡਿਆਈ ਦੇ ਨਾਲ ਕਿਦਾਂ ਸੋਭਾ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ ਉਹ ਛੇਤੀ ਨਾ ਜਾਂਦੇ ਨੇ ਪੁੱਛਦੇ ਨੇ ਬਾਬਾ ਬੁੱਢਾ ਜੀ ਕਿਤੇ ਨੇ ਕਹਿੰਦੇ ਜੀ ਉਹ ਟੋਕਰੇ ਚ ਕਾ ਰਹੇ ਨੇ ਸਰੋਵਰ ਦੇ ਵਿੱਚ ਉਹ ਜਦੋਂ ਜਾਣਦੇ ਨੇ ਬਾਬਾ ਬੁੱਢਾ ਜੀ ਕੋ ਤੇ ਹੱਥ ਜੋੜ ਕੇ ਕਹਿੰਦੇ ਕਹਿੰਦੇ ਜੀ ਮੈਨੂੰ ਨਾ ਜਲੋਦਰ ਦੀ ਦਵਾਈ ਦੀ ਰੋਗ ਦੀ ਦਵਾਈ ਦੇ ਦਿਓ ਤੇ ਬਾਬਾ ਬੁੱਢਾ ਜੀ ਹੱਸ ਕੇ ਕਹਿੰਦੇ ਕਹਿੰਦੇ ਮਾਲਕ ਤਾਂ ਉੱਥੇ ਬੈਠਾ ਦਵਾਈਆਂ ਦੇਣ ਵਾਲਾ ਉੱਥੇ ਬੈਠਾ ਤੂੰ ਇੱਥੇ ਕੀ ਕਰਦਾ ਉਹ ਕਹਿੰਦੇ ਜੀ ਉਹਨਾਂ ਨੇ ਕਿਹਾ ਕਿ ਬਾਬਾ ਬੁੱਢਾ ਜੀ ਦਵਾਈ ਦੇਣਗੇ ਨਾਮ ਵਡਿਆਈ ਜਨ ਸੋਭਾ ਪਾਏ ਬਾਬਾ ਬੁੱਢਾ ਜੀ ਹੱਸ ਕੇ ਕਹਿੰਦੇ ਕਹਿੰਦੇ ਦਵਾਈ ਤੈਨੂੰ ਬਾਅਦ ਚ ਦੇਣੇ ਪਹਿਲਾਂ ਕਾਰ ਸੇਵਾ ਦੀ ਟੋਕਰੀ ਨੂੰ ਹੱਥ ਪਾ ਦੋ ਟੋਕਰੀਆਂ ਚੋ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਇਹ ਸਾਡੇ ਬਜ਼ੁਰਗੇ ਕੱਲ ਕਰਦੇ ਨੇ ਅਸੀਂ ਕੋਈ ਕਾਰਜ ਕਰਨ ਜਾਈਏ ਉਹ ਕਹਿੰਦੇ ਬਾਅਦ ਚੋਂ ਕਰਦੇ ਪਹਿਲਾ ਕਰ ਲੈ ਜੇ ਅੱਜ ਵੀ ਆ ਸਾਡੇ ਗੁਣੀ ਗਿਆਨੀ ਜਿਹੜੇ ਪ੍ਰਸ਼ਾਦਾ ਛਕਦੇ ਹੁੰਦੇ ਨੇ ਨਾ ਜਾ ਕੇ ਫਤਿਹ ਬੁਲਾਈਏ ਉਹ ਕਹਿੰਦੇ ਕੰਮ ਬਾਅਦ ਚ ਦੱਸਿ ਪਹਿਲਾਂ ਪ੍ਰਸ਼ਾਦਾ ਛਕਾਓ ਸਿੰਘ ਨੂੰ ਉਹ ਜਦੋਂ ਟੋਕਰੇ ਨੂੰ ਹੱਥ ਪਾਉਂਦਾ ਸੂਬੇਦਾਰ ਹੈ ਉਹ ਅਗਲਾ ਸੂਬਾ ਉਹ ਟੋਕਰਾ ਪਹਾਰਾ ਹੁੰਦਾ ਜਦੋਂ ਉਹ ਚੁੱਕਦਾ ਤੇ ਉਹ ਪੈਰ ਤੇ ਲੱਗ ਜਾਂਦਾ ਟੋਕਰਾ ਜਿਹੜਾ ਸੀਸ ਤੋਂ ਡਿੱਗ ਪੈਂਦਾ ਤੇ ਆਪ ਵੀ ਡਿੱਗ ਪੈਂਦਾ ਤੇ ਉਹ ਟੋਕਰ ਜਿਹੜਾ ਉਹਦੇ ਪੇੜ ਦੇ ਉੱਤੇ ਡਿੱਗ ਪੈਂਦਾ ਭਾਰਾ ਟੋਕਰ ਜਦੋਂ ਪੇੜ ਦੇ ਉੱਤੇ ਡੇਗਦਾ ਤੇ ਉਹਦੇ ਜਿਹੜਾ ਜਲੋਧਰ ਦਾ ਰੋਗ ਸੀ ਉਹ ਪਾਣੀ ਜਿਹੜਾ ਉਹਦਾ ਪਾਸ ਹੋ ਜਾਂਦਾ ਇਸ ਕੌਤਕ ਦੇ ਨਾਲ ਇਸ ਸਰੋਵਰ ਤੋਂ ਪਹਿਲਾਂ ਤੋਂ ਹੀ ਬਰਕਤਾਂ ਚੱਲਦੀਆਂ ਆ ਰਹੀਆਂ ਅੱਜ ਦੀ ਗੱਲ ਨਹੀਂ ਆ ਉਹ ਕਿੰਨੀਆਂ ਬਰਕਤਾਂ ਨੇ ਤਾਰੇ ਤਾਂ ਗਿਨੇ ਜਾ ਸਕਦੇ ਨੇ ਪਰ ਉਸ ਗੁਰੂ ਦੀ ਬਾਣੀ ਦੇ ਗੁਰੂ ਦੇ ਸਿਧਾਂਤਾਂ ਤੇ ਤਾਰੇ ਨਹੀਂ ਗਿਨੇ ਜਾ ਸਕਦੇ ਕਿੰਨੇ ਜਾਣਿਆਂ ਨੂੰ ਤਾਰਿਆ ਖੈਰ ਉਹਦਾ ਰੋਗ ਠੀਕ ਹੋ ਜਾਂਦਾ ਉਸ ਵੇਲੇ ਉਹ ਬਾਬਾ ਬੁੱਢਾ ਜੀ ਦੀ ਉਸਤਤ ਕਰਨ ਲੱਗ ਪੈਂਦਾ ਤੇ ਬਾਬਾ ਬੁੱਢਾ ਜੀ ਹੱਸ ਕੇ ਕਹਿੰਦੇ ਕਹਿੰਦੇ ਇਹ ਸਾਰਾ ਕੁਝ ਜਿਹੜਾ ਨਾ ਉਹ ਨਾਮ ਧੰਨ ਦੇਣ ਵਾਲੇ ਦੇ ਚਰਨਾਚਾ ਤੇ ਉਹਦੇ ਨਾਲ ਜੋੜ ਤੇ ਉਹਦੇ ਨਾਮ ਦੇ ਨਾਲ ਜੁੜ ਤਾਂ ਕਿ ਜਿਸ ਨਾਮ ਨੇ ਮੈਨੂੰ ਸੋਭਾ ਬਖਸ਼ਿਸ਼ ਕੀਤੀ ਆ ਉਹ ਨਾਮ ਨਾਮ ਵਡਾਈ ਜਨ ਸੋਭਾ ਪਾਏ ਜਿਹੜੇ ਇਹ ਗੁਰਮੁਖ ਜਨ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਇਸ ਲੋਕ 'ਚ ਵੀ ਸੋਭਾ ਪ੍ਰਾਪਤ ਹੁੰਦੀ ਹੈ ਤੇ ਪਰਲੋਕ ਦੇ ਵਿੱਚ ਵੀ ਹਰ ਕਾ ਨਾਮ ਜਨ ਕਉ ਤਾਰ ਹੈ ਇੱਕ ਸਮਾਂ ਹੁੰਦਾ ਕਿ ਪਹਿਲਾਂ ਨਾਮ ਨੂੰ ਅਸੀਂ ਜਪਦੇ ਹਾਂ ਗੁਰੂ ਦੀ ਬਖਸ਼ਿਸ਼ ਸਦਕਾ ਫਿਰ ਸਮਾਂ ਆਉਂਦਾ ਹੈ ਨਾਮ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਗੁਰੂ ਸਾਹਿਬ ਅਵਸਥਾ ਉਹ ਬਣਾ ਦਿੰਦੇ ਨੇ ਕਿ ਹੁਣ ਨਾਮ ਭਗਤ ਨੂੰ ਸੰਭਾਲਦਾ ਉਹ ਨਾਮ ਭਗਤ ਦੇ ਸਾਰੇ ਕਾਰਜ ਕਰਦਾ ਭਗਤ ਧੰਨਾ ਜੀ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਹੁਣ ਉਹ ਨਾਮ ਜਿਹੜਾ ਉਹਦਾ ਔਰਾ ਆਲੇ ਦਿਵਾਲੇ ਜਿਹੜਾ ਚੱਲਦਾ ਤੇ ਉਸ ਭਗਤ ਦੇ ਸਾਰੇ ਕਾਰਜ ਸਵਾਰਦਾ ਤੇ ਉਹ ਨਾਮ ਜਿਹੜਾ ਨਾਮੀ ਨੂੰ ਆਪਣੇ ਰੂਪ ਵਿੱਚ ਧਾਰਨ ਕਰਦਾ ਉਹਨੂੰ ਧਾਰ ਜਾਂਦਾ ਉਹਨੂੰ ਉਤਪੁੱਤ ਕਰ ਲਿੰਦਾ ਆਪਣੇ ਵਿੱਚ ਪਰ ਇਹ ਕਰਦਾ ਕਿੰਨੂ ਵਾਸ ਸਾਸ ਸਾਸ ਜਨ ਨਾਮ ਸਮਾਰੇ ਹੁਣ ਅਵਸਥਾ ਕੀ ਹੋਗੀ ਅਵਸਥਾ ਇਹ ਹੋਗੀ ਕਿ ਉਹ ਸਵਾਸ ਸਵਾਸ ਨਾਮ ਨੂੰ ਸਮਾਰਦਾ ਨਾਮ ਨੂੰ ਜਪਦਾ ਹੁਣ ਸਵਾਸ ਸਵਾਸ ਕਿਉਂ ਜਪਦਾ ਗੁਰਮੁਖੋ ਸਵਾਸਾਂ ਦੇ ਨਾਲ ਸਿਮਰਨ ਦੀ ਗੱਲ ਗੁਰੂ ਸਾਹਿਬ ਬੜੇ ਥਾਂ ਕਰਦੇ ਨੇ ਹਿਰਦੇ ਦੇ ਨਾਲ ਸਿਬਰੰਦੀ ਗੱਲ ਕਰਦੇ ਨੇ ਸਵਾਸਾਂ ਦੇ ਨਾਲ ਸਵਾਸ ਸਵਾਸ ਕਿਉਂ ਜਪਦਾ ਨਾਮ ਨੂੰ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਕਿ ਜਿਹੜਾ ਹੁਣ ਉਹ ਨਾਮ ਨਾਮ ਭਾਉ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਪ੍ਰਮਾਤਮਾ ਦੀ ਹੋਂਦ ਨੂੰ ਕਿਸੇ ਗਰੀਬ ਨੂੰ ਵੇਖ ਕੇ ਮਹਿਸੂਸ ਕੀਤਾ ਕਿਤੇ ਨਮਾਣੇ ਨੂੰ ਵੇਖ ਕੇ ਮਹਿਸੂਸ ਕੀਤਾ ਕਿਤੇ ਅੰਗਹੀਣ ਨੂੰ ਵੇਖ ਕੇ ਮਹਿਸੂਸ ਕੀਤਾ ਕਿਤੇ ਦੁਖੀ ਨੂੰ ਵੇਖ ਕੇ ਮਹਿਸੂਸ ਕੀਤਾ ਬਾਣੀ ਦੇ ਵਿੱਚੋਂ ਮਹਿਸੂਸ ਕੀਤਾ ਕੀਰਤਨ ਦੇ ਵਿੱਚੋਂ ਮਹਿਸੂਸ ਕੀਤਾ ਕਥਾ ਦੇ ਵਿੱਚੋਂ ਮਹਿਸੂਸ ਕੀਤਾ ਸਹਿਜ ਪਾਠ ਦੇ ਵਿੱਚੋਂ ਮਹਿਸੂਸ ਕੀਤਾ ਪਾਣੀ ਪੀਣ ਲੱਗਿਆ ਮਹਿਸੂਸ ਕੀਤਾ ਜੈ ਪ੍ਰਸ਼ਾਦ ਪ੍ਰਸ਼ਾਦਿਆ ਦੇ ਵਿੱਚੋਂ ਮਹਿਸੂਸ ਕੀਤਾ ਜੈ ਪ੍ਰਸ਼ਾਸ਼ਤ ਹੀ ਅੰਮ੍ਰਿਤ ਖਾਹ ਤੇ ਸਤਿਆਗੁਰੂ ਨੂੰ ਮਹਿਸੂਸ ਕੀਤਾ ਇੱਕ ਇੱਕ ਗ੍ਰਹੀ ਦੇ ਵਿੱਚ ਮਹਿਸੂਸ ਕੀਤਾ ਠੰਡਾ ਜਲ ਪੀਣ ਲੱਗਿਆ ਮਹਿਸੂਸ ਕੀਤਾ ਹੁਣ ਉਹ ਮਹਿਸੂਸ ਕਰਦਿਆਂ 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 ਗੱਲ ਕਿੱਥੇ ਆ ਗਈ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਇੱਕ ਵਾਰ ਪੁੱਛਦੇ ਭਾਈ ਮਰਦਾਨਾ ਜੀ ਨੂੰ ਤੇ ਹੋਰ ਗੁਰਸਿੱਖਾਂ ਨੂੰ ਕਹਿੰਦੇ ਤੁਸੀਂ ਮੌਤ ਨੂੰ ਕਿੰਨੀ ਕੁ ਦੂਰ ਸਮਝਦੇ ਜੀ ਆਪ ਜੀ ਨੇ ਸਾਖੀ ਸੁਣੀ ਮੈਂ ਇਸ ਪਾਸੇ ਨਾ ਜਾਵਾਂ ਤੇ ਇਹਦਾ ਸਿੱਟਾ ਗੁਰੂ ਸਾਹਿਬ ਤਤ ਕੀ ਦੱਸ ਦਿੰਨੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਇੱਕ ਸਵਾਸ ਜਿਹੜਾ ਅੰਦਰ ਗਿਆ ਪਤਾ ਨਹੀਂ ਉਹ ਬਾਹਰ ਆਉਣਾ ਕਿ ਨਹੀਂ ਆਉਣਾ ਮਤ ਜਾਪੇ ਕਿ ਸਾਹ ਆਵੇ ਕਿ ਹੁਣ ਇਸ ਸਵਾਸ ਦੇ ਵਿੱਚ ਉਹਨਾਂ ਭਗਤ ਜਨਾਂ ਨੂੰ ਪ੍ਰਮਾਤਮਾ ਮਹਿਸੂਸ ਹੋਣ ਲੱਗ ਪੈਂਦਾ ਕਿ ਇਹ ਸਵਾਸ ਵੀ ਹੈ ਪ੍ਰਮਾਤਮਾ ਤੂੰ ਬਖਸ਼ਿਸ਼ ਕੀਤੀ ਆ ਤੇ ਇੰਨਾ ਸਵਾਸਾਂ ਦੇ ਵਿੱਚ ਵੀ ਤੂੰ ਵਸਦਾ ਵਾਂ ਇਸ ਕਰਕੇ ਹਰ ਸਵਾਸ ਦੇ ਨਾਲ ਜਦੋਂ ਉਹ ਮਹਿਸੂਸ ਕਰਦੇ ਨੇ ਤੇ ਹਰ ਸਵਾਸ ਉਹਨਾਂ ਦਾ ਨਾਮ ਬਣ ਜਾਂਦਾ ਇਸ ਨੂੰ ਗੁਰਸਹਿਬ ਬਖਸ਼ਿਸ਼ ਕਰਦੇ ਨੇ ਕਿ ਉਹ ਜਦੋਂ ਹਰ ਸਵਾਸ ਨਾਲ ਮਹਿਸੂਸ ਕਰਦੇ ਨੇ ਸਵਾਸ ਸਾਸ ਜਨ ਨਾਮ ਸਮਾਰੈ ਹੁਣ ਇਹ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਿ ਇਸ ਤਰੀਕੇ ਨਾਲ ਇਹ ਆਪ ਜੀ ਸ਼ੁਰੂ ਤੋਂ ਦੇਖਿਓ ਕਿ ਇਹ ਜਿਹੜਾ ਨਾਮ ਉਹ ਨਾ ਨਾਮ ਦਾ ਧਨ ਭਗਤ ਇਸ ਤੋਂ ਬਿਗੈਰ ਨਹੀਂ ਰਹਿ ਸਕਦੇ ਨਾਮ ਭਗਤ ਕੈ ਪ੍ਰਾਨ ਆਧਾਰ ਨਾਮੋ ਤਨ ਨਾਮੋ ਵਿਹਾਰ ਨਾਮ ਵਡਿਆਈ ਸੋਭਾ ਪਾਏ ਸੋਭਾ ਪਾਈ ਸਵਾਸ ਸਵਾਸ ਮਨ ਕੀਤਾ ਪਰ ਇਹ ਸਭ ਕੁਝ ਹੋਇਆ ਕੀ ਦੇ ਨਾਲ ਕਾਰ ਕਿਰਪਾ ਜਿਸ ਆਪ ਦਵਾਏ ਰਹਾ ਜੀ ਦੇ ਤੇ ਉਹ ਕਿਰਪਾ ਕਰਦਾ ਜੀ ਦੇ ਤੇ ਉਹ ਬਖਸ਼ਿਸ਼ ਕਰਦਾ ਮਤਾ ਜਾਪੀ ਕਿ ਤੂੰ 3 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਚੌਂਕੜਾ ਮਾਰਦਾ ਤੇ ਤੈਨੂੰ ਨਾਮ ਮਿਲ ਜੇਗਾ ਮਤਾ ਜਾਪੀ ਕਿ ਤੂੰ ਇੰਨਾ ਖਰਚ ਖਾ ਕਰ ਰਿਆ ਤੈਨੂੰ ਹਾਂ ਇਹ ਕਾਰਜਕਾਰ ਤੂੰ ਸੇਵਾਕਾਰ ਤੂੰ ਸਿਮਰਨਕਾਰ ਤੂੰ ਨਿਤਨੇਮਕਾਰ ਤਾਂ ਕਿ ਤੂੰ ਉਹਦੀ ਨਦਰ ਵਿੱਚ ਆ ਜੇ ਤਾਂ ਕਿ ਤੂੰ ਉਹਦੀ ਬਖਸ਼ਿਸ਼ ਵਿੱਚ ਆ ਜੇ ਜਿੱਦਣ ਬਖਸ਼ਿਸ਼ ਵਿੱਚ ਆਏਗਾ ਇਹ ਨਾਮ ਦੀ ਸੋਗਾਤ ਗੁਰੂ ਸਾਹਿਬ ਦੀ ਕਰ ਕਿਰਪਾ ਜਿਸ ਆਪ ਦਵਾਈ ਰਹਾਓ ਜਿਹਦੇ ਤੇ ਉਹ ਬਖਸ਼ਿਸ਼ ਕਰਦਾ ਵਾ ਨਾਮ ਭਗਤ ਕੈ ਸੁਖ ਅਸਥਾਨ ਫੇਰ ਉਹਦਾ ਅੰਦਰਲਾ ਜਿਹੜਾ ਸੁੱਖਾਂ ਦਾ ਅਸਥਾਨ ਬਣ ਜਾਂਦਾ ਉਹ ਨਾਮ ਦੇ ਵਿੱਚ ਉਹਨੂੰ ਸੁੱਖ ਮਿਲਦਾ ਜਿਹੜਾ ਉਹਨੂੰ ਵੱਡੇ ਵੱਡੇ ਮਹਿਲ ਚ ਬਾਹਰਾਂ ਚ ਨਹੀਂ ਮਿਲਦਾ ਤੇ ਸਮੁੰਦਰ ਦੇ ਕੰਡੇ ਲੰਮੇ ਪਿਆ ਮਿਲ ਜਾਂਦਾ ਉਹ ਸੁੱਖ ਜਿਹੜਾ ਅੰਦਰੋਂ ਉਜਾਗਰ ਹੁੰਦਾ ਗੁਰੂ ਦੀ ਕਿਰਪਾ ਦਾ ਸਦਕਾ ਹੁੰਦਾ ਕਾਹੋ ਨਾਨਕ ਜਿਸ ਪੂਰਾ ਭਾਗ ਗੁਰੂ ਸਾਹਿਬ ਕਹਿੰਦੇ ਜਿਹਦੇ ਪੂਰੇ ਭਾਗ ਹੋਣਗੇ ਤੇ ਭਾਗ ਪੂਰੇ ਕਿਦੇ ਹੋਣਗੇ ਜਿਹੜਾ ਗੁਰੂ ਕੀ ਸੰਗਤ ਵਿੱਚ ਆਊਗਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜੂਗਾ ਜਿਹੜਾ ਗੁਰੂ ਵਾਲਾ ਬਣੂਗਾ ਜਿਹੜਾ ਸੇਵਾ ਤੇ ਸਿਮਰਨ ਚ ਆਊਗਾ ਜਿਹੜਾ ਗੁਰੂ ਦੇ ਸਿਧਾਂਤਾਂ ਦੇ ਉੱਤੇ ਆਪਣੇ ਮਨ ਨੂੰ ਮਨ ਬੀਚੈ ਸਤਗੁਰ ਕੇ ਪਾਸ ਜਿਹੜਾ ਵੇਚੂਗਾ ਜਿਹੜਾ ਗੁਰੂ ਦੇ ਚਰਨਾਂ ਤੋਂ ਬਲਿਹਾਰੇ ਜਾਊਗਾ ਉਹਦੇ ਤੇ ਕਾਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾ ਕਾ ਮਨ ਲਾ ਗੁਰਸਾਹਿਬ ਕਹਿੰਦੇ ਇਹ ਨਾਮ ਦੀ ਜਿਹੜੀ ਪਾਰਸ ਕਲਾ ਨਾ ਉਹਦੇ ਨਾਮ ਤੇ ਉਪਜੂਗੀ ਉਹਦੇ ਨਾਮ ਤੇ ਉਹਦੀ ਖੇੜ ਬਣੂਗੀ ਉਹਦੀ ਖੇੜ ਬਣਾਉਣ ਵਾਸਤੇ ਉਹ ਅੰਦਰੋਂ ਫੁਰਨੇ ਬਖਸ਼ਿਸ਼ ਕਰੂਗਾ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਇਹ ਰੱਬ ਦੇ ਪਿਆਰਿਆਂ ਦਾ ਜਿਹੜਾ ਧਨ ਤੇ ਵਿਹਾਰ ਤੇ ਸੋਭਾ ਇਹ ਸਾਰੀ ਨਾਮਤ ਹੁੰਦੀ ਤੇ ਨਾਮ ਕਿਦਾਂ ਉਜਾਗਰ ਹੁੰਦਾ ਜ਼ਰੂਰੀ ਨਹੀਂ ਕਿ ਪਹਾੜਾਂ ਦੇ ਵਿੱਚ ਜਾ ਕੇ ਸਮੁੰਦਰਾਂ ਦੇ ਵਿੱਚ ਜਾ ਕੇ ਜੰਗਲਾਂ ਦੇ ਵਿੱਚ ਨਾਮ ਉਜਾਗਰ ਹੋਣਾ ਇੱਕ ਰੱਬ ਦਾ ਪਿਆਰਾ ਤੁਰਿਆ ਜਾਂਦਾ ਸੀ ਪਿੰਡ ਦੇ ਵਿੱਚੋਂ ਇੱਕ ਛੋਟਾ ਜਿਹਾ ਦ੍ਰਿਸ਼ਤਾਨ ਮੈਂ ਸਾਂਝਾ ਕਰਾਂ ਗੱਲ ਥੋੜੀ ਖੁੱਲ ਕੇ ਆ ਜੀ ਬਾ ਉਹ ਤੁਰਿਆ ਜਾ ਰਿਹਾ ਸੀ ਤੇ ਪਿੰਡ ਦੇ ਸਕੂਲ ਦੀ ਗਰਾਊਂਡ ਦੇ ਵਿੱਚ ਕੁਝ ਬੱਚੇ ਕਬੱਡੀ ਖੇਡ ਰਹੇ ਸੀ ਪਿੰਡਾਂ ਵਿੱਚ ਅੱਜ ਵੀ ਚੱਲਦੀ ਬੱਚੇ ਪ੍ਰੈਕਟਿਸ ਕਰਦੇ ਨੇ ਉਹ ਰੁੱਕ ਕੇ ਉਹ ਕਬੱਡੀ ਦੇਖਦਾ ਉਹ ਦੇਖਦਾ ਕਿ ਇੱਕ ਬੱਚਾ ਜਿਹੜਾ ਉਹ ਕਬੱਡੀ ਰੈਡ ਕਰਨ ਜਾ ਰਿਹਾ ਰਾਈਡਰ ਪਾਉਣ ਜਾ ਰਿਹਾ ਦੂਜਾ ਉਹਨੂੰ ਜਾਫੀ ਆ ਫੜ ਰਹੇ ਨੇ ਤੇ ਤਿੰਨ ਚਾਰ ਮੁੰਡੇ ਜਿਹੜੇ ਨੇ ਨਾ ਉੱਪਰਲੇ ਪਾਸੇ ਖਲੋਤੇ ਨੇ ਤੇ ਉਹ ਉੱਥੇ ਹੀ ਰੋਲਾ ਪਾਉਂਦੇ ਨੇ ਫੜ ਲਾ ਇਹਨੂੰ ਛੱਡ ਦੇ ਇਹਨੂੰ ਹੱਥ ਲਾ ਲਾ ਉਹ ਥੋੜਾ ਜਿਹਾ ਚਿਰ 10 ਮਿੰਟ ਦੇਖਦਾ ਕਹਿੰਦਾ ਇਹ ਖੇਡੀ ਜਾ ਰਹੇ ਹੋ ਬਾਹਰ ਰੋਲਾ ਪਾ ਰਹੇ ਹੋ ਜਾ ਕੇ ਪੁੱਛਦਾ ਕਹਿੰਦਾ ਤੁਸੀਂ ਖੇਡਦੇ ਕਿਉਂ ਨਹੀਂ ਉਹ ਹੱਸ ਕੇ ਕਹਿੰਦੇ ਕਹਿੰਦੇ ਬਾਬਾ ਸੀ ਮਰੇ ਆ ਹੁੰਦਾ ਹੈ ਕਮਾਲ ਦੀ ਗੱਲ ਤੁਸੀਂ ਤੇ ਗੱਲਬਾਤ ਕਰ ਰਹੇ ਜੇ ਮਰੇ ਕਿੱਦਾਂ ਕਹਿੰਦੇ ਨਹੀਂ ਨਹੀਂ ਅਸੀਂ ਖੇਡ ਵਿੱਚ ਮਰੇ ਆ ਜਿੰਨੂੰ ਅੱਜ ਸਾਡੇ ਬੱਚੇ ਆਊਟ ਕਹਿ ਦਿੰਦੇ ਕਿ ਇਹ ਆਊਟ ਹੋ ਗਿਆ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦੇ ਬਾਬਾ ਇਹ ਖੇਡ ਐਦਾਂ ਦੀ ਆ ਕਿ ਅਸੀਂ ਗਏ ਸੀ ਉਧਰ ਰੇਡ ਪਾਉਣ ਵਾਸਤੇ ਤੇ ਉਹਦੇ ਚ ਕੀ ਹੋਇਆ ਕਿ ਸਾਨੂੰ ਇੱਕ ਸ਼ਬਦ ਜਿਹੜਾ ਕੰਟੀਨਿਊ ਬੋਲਣਾ ਪੈਂਦਾ ਤੇ ਜੇ ਉਹ ਸਵਾਸ ਟੁੱਟ ਜੇ ਜੇ ਉਹ ਦਮ ਟੁੱਟ ਜੇ ਤੇ ਫੇਰ ਅਸੀਂ ਕਹਿੰਨੇ ਆ ਕਿ ਇਹਦੀ ਮਾਟੀ ਮੁੱਕ ਗਈ ਐ ਮਰ ਗਏ ਬਾਹਰ ਚੱਲ ਹੁਣ ਤੂੰ ਤੂੰ ਬਾਹਰੋਂ ਜਾ ਕੇ ਦੇਖ ਤੂੰ ਹੁਣ ਖੇਡ ਨਹੀਂ ਸਕਦਾ ਕਹਿੰਦੇ ਇਸ ਕਰਕੇ ਅਸੀਂ ਜਦੋਂ ਗਏ ਸੀ ਸਾਡਾ ਦਮ ਟੁੱਟ ਗਿਆ ਸਾਡਾ ਸਵਾਸ ਟੁੱਟ ਗਿਆ ਤੇ ਅਸੀਂ ਖੇੜ ਤੋਂ ਬਾਹਰ ਹੋ ਗਏ ਤਾਂ ਅਸੀਂ ਮਰ ਗਏ ਉਹ ਜ਼ੋਰ ਦੀ ਹੱਥ ਤੇ ਹੱਥ ਮਾਰ ਕੇ ਤਾਲੀ ਮਾਰ ਕੇ ਖੁਸ਼ ਹੋ ਕੇ ਹੁੰਦਾ ਹੁੰਦਾ ਉੱਥੇ ਨੱਚਣ ਲੱਗ ਪੈਂਦਾ ਉਹ ਕਹਿੰਦੇ ਬਾਬਾ ਤੈਨੂੰ ਕੀ ਗੱਲ ਹੋ ਗਈ ਉਹ ਕਹਿੰਦਾ ਜਿਹੜੀ ਚੀਜ਼ ਮੈਨੂੰ ਅੱਜ ਤੱਕ ਭਟਕ ਦਿਆ ਨਹੀਂ ਸੀ ਨਾ ਮਿਲੀ ਜਿਹੜੇ ਨਾਮ ਦੀ ਸ਼ੋਅ ਮੈਨੂੰ ਅੱਜ ਤੱਕ ਜੰਗਲਾਂ ਚੋਂ ਨਹੀਂ ਮਿਲੀ ਪਹਾੜਾਂ ਚੋਂ ਨਹੀਂ ਮਿਲੀ ਪਤਾ ਨਹੀਂ ਕਿੰਨੀਆਂ ਵਾਰਤਾਂ ਚੋਂ ਨਹੀਂ ਮਿਲੀ ਉਹ ਭੋਲਿਓ ਮੈਨੂੰ ਤੁਹਾਡੀ ਇਸ ਖੇੜ ਚੋਂ ਮਿਲ ਗਈ ਕਹਿੰਦੇ ਕੀ ਕਹਿੰਦਾ ਬਸ ਕੰਮ ਇੰਨਾ ਕੀਆ ਦਮ ਦਮ ਸਦਾ ਸੰਭਾਲਦਾ ਗਮ ਨਾ ਬਿਰਥਾ ਜਾਏ ਕਹਿੰਦਾ ਬਸ ਇਹ ਜਾਂ ਆਖਾਂ ਜੀਵਾ ਵਿਸਰੈ ਉਹ ਮੈਂ ਵੀ ਮਰਿਆ ਸੀ ਅੱਜ ਮੈਨੂੰ ਪਤਾ ਲੱਗਾ ਕਿ ਸਵਾਸ ਸਵਾਸ ਉਹਨੂੰ ਜਪਨ ਦੇ ਨਾਲ ਨਾਮ ਅੰਦਰੋਂ ਉਜਾਗਰ ਹੋ ਜਾਂਦਾ ਗੁਰਮੁਖੋ ਜੇ ਇਸ ਸ਼ਬਦ ਨੂੰ ਆਪ ਜੀ ਹੋਰ ਸਹਿਲੇ ਤਰੀਕੇ ਨਾਲ ਵਾਚਣਾ ਚਾਹੋ ਨਾ ਤੇ ਪਿੱਛੋਂ ਦੀ ਵਿਆਖਿਆ ਆਪ ਜੀ ਕਰ ਸਕਦੇ ਹੋ ਤੇ ਹੋਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਆਪ ਜੀ ਜਦੋਂ ਅੰਤਿਮਾ ਪੰਕਤੀਆਂ ਦੇ ਦਰਸ਼ਨ ਕਰਦੇ ਨੇ ਨਾਮ ਸੰਗਤਾ ਕਾ ਮਨ ਲਾਗ ਨਾਮ ਦੇ ਨਾਲ ਉਹਨਾਂ ਮਨੁੱਖਾਂ ਦਾ ਮਨ ਲੱਗਦਾ ਕਿੰਨਾਂ ਦੇ ਨਾਲ ਕਹੋ ਨਾਨਕ ਜਿਸ ਪੂਰਾ ਭਾਗ ਜਿਹਦੇ ਤੇ ਗੁਰੂ ਮਹਾਰਾਜ ਕਿਰਪਾ ਕਰ ਦਿੰਦਾ ਤੇ ਉਹਦੇ ਭਾਗ ਪੂਰੇ ਕਰ ਦਿੰਦੇ ਇਹਦਾ ਮਤਲਬ ਨਾਮ ਲੈਣ ਵਾਸਤੇ ਪੂਰੇ ਗੁਰੂ ਕੋਲ ਆ ਪਊ ਫੇਰ ਹੀ ਭਾਗ ਬਣਨਗੇ ਤੇ ਜਦੋਂ ਪੂਰਾ ਗੁਰੂ ਕਿਰਪਾ ਕਰੂਗਾ ਫੇਰ ਕੀ ਹੋਊਗਾ ਸਾਸ ਸਾਸ ਜਨ ਨਾਮ ਸਮਾਰੇ ਨਾਮ ਤੇ ਹੁਣ ਪੰਜਾ ਕੋਈ ਲੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜੂਰੀ ਦੇ ਵਿੱਚ ਫਿਰ ਜਦੋਂ ਗੁਰੂ ਕੋ ਆਊਗਾ ਗੁਰੂ ਸਾਹਿਬ ਜੀ ਨਾਮਦਾਨ ਬਖਸ਼ਿਸ਼ ਕਰਨਗੇ ਤੇ ਸਵਾਸ ਸਵਾ ਸਮਾਰਨਗੇ ਕਰ ਕਿਰਪਾ ਜਿਸ ਆਪ ਜਨ ਕੋ ਤਾਰੇ ਤੇ ਜਿਹੜੇ ਜਾਨ ਨੂੰ ਗੁਰੂ ਨੇ ਆਪ ਕਿਰਕਾ ਕਰਕੇ ਨਾਮ ਦੇਣਾ ਉਹੀ ਪ੍ਰਾਪਤ ਕਰ ਸਕਦਾ ਵਾ ਨਾਮ ਰਤ ਸਭ ਭਗਤ ਪਰਵਾਨ ਤੇ ਉਹ ਰੰਗ ਦੇ ਵਿੱਚ ਨਾਮ ਦੇ ਰੰਗ ਦੇ ਵਿੱਚ ਉਹ ਭਗਤ ਪਰਵਾਨ ਹੋ ਜਾਂਦਾ ਰੰਗਿਆ ਜਾਂਦਾ ਨਾਮ ਭਗਤ ਕੈ ਸੁਖ ਹਸਤਾਨ ਉਹ ਸੁਖ ਮਾਣਦਾ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਇਹ ਸਾਰੇ ਸ਼ਬਦ ਦੀ ਵਿਚਾਰ ਜਿਹੜੀ ਆ ਆਪ ਜੀ ਦੇ ਸਾਹਮਣੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਰੱਖੀ ਆ ਬੋਲਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਗਲਤੀਆਂ ਹੋਣੀਆਂ ਆ ਸਭਾਵਕ ਨੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਨਾਮ ਭਗਤ ਕੇ ਪ੍ਰਾਣ ਆਧਾਰ ਪ੍ਰਾਣਾ ਦਾ ਆਧਾਰਾ ਹੈ ਨਾਮੋ ਤਨ ਨਾਮੋ ਵਿਵਹਾਰ ਉਹਦਾ ਧਨ ਤੇ ਵਿਵਹਾਰ ਜਿਹੜਾ ਵਾ ਉਹ ਨਾਮ ਧਨ ਹੈ ਨਾਮ ਰਤ ਸਭ ਭਗਤ ਪਰਵਾਨ ਹਰ ਦਾ ਨਾਮ ਜਨ ਕੋ ਧਾਰੇ ਸਾਸ ਸਾਸ ਜਨ ਨਾਮ ਸਮਾਰੇ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾਂ